इनू ध्यान ना रखे आ मेरी मां दी 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 निशानी आ आहो ए मेरी सस दी 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 निशानी आ ए सांभ के रखी ए पता कादे रखी है जिदन मेरा सारा मर गया साले दा तबाक भलना है मैं हम सियाना मेरे पानी नहीं भर होता इस करके मैं तेन बहुत पता दे मामा तो बाल कितना पाए हो जो कट्टे नहीं चटे होंगे मास लै गया अंदर नू आया ए अंदर छेती आया ए मेरे छाता ना बैज के कॉल गेट ला दे ए अंदर आ गया ए आया छेती आ गया आइया होली लाणा सी चोरी कौन सिद्ध सीते झिल झिल के Oh, oh, oh.
ਕਿਹਦਾ ਬੇੜਾ ਬਹਿ ਗਿਆ ਕਿਸੇ ਦਾ ਬੁੜਾ ਮਾਰਦਾ ਕਿਸੇ ਦੀ ਬੁੜੀ ਮਾਰਦੀ ਧਮਾਕ ਸਾਡੇ ਘਰ ਮੁਰੇ ਭੰਜ ਕਰਦਾ ਪੰਚਾਇਤ ਸੁਣੀ ਨੂੰ ਇਹ ਵੀ ਆਈ ਇਹ ਘੜਾ ਭਾਈ ਤਾਂ ਖੜਾ ਵੀ ਸਾਡਾ ਹੀ ਆਇਓ ਰੱਬਾ ਕੁਛ ਵੀ ਨਹੀਂ ਰਿਹਾ ਮਾਧੂ ਦੇ ਛਾਲੇ ਪੁਆ ਲੈ ਚੰਗੀ ਘਰ ਚ ਵਾੜੀ ਮੇਰੀ ਤਾਂ ਜਨਾਨੀ ਅੱਗੇ ਕੁੱਤੀ ਇਹਨੂੰ ਛੱਡਣਾ ਹੀ ਨਹੀਂ ਉਹਨੇ ਇਹ ਸੱਚ ਸੀ ਪੁਆ ਇਹ ਸੀ ਪੁਆ ਲੈ ਹਾਂ ਬੋਲਿਆ ਖਾਤੇ ਰੋਣਾ ਪਾਇਆ ਰੋਲਾ ਹੀ ਪੈਣਾ ਦੇਖਦਾ ਲੈ ਮੈਂ ਕੀ ਹੋਇਆ ਤੈਨੂੰ ਅੰਦਰ ਦੇਖ ਇੱਧਰ ਨਾ ਦੇਖ ਆਏ ਨੀ ਸੀ ਘੜੇ ਦਾ ਵਿਛੋੜਾ ਮੇ ਤੋ ਚੱਲਿਆ ਨਾ ਹੈ ਸਾਲਾ ਆਏ ਨੀ ਸੀ ਲੱਗ ਜਾ ਕੋਈ ਦੇ ਠੀਕ ਹੈ
ਤੇ ਘਰ ਨੂੰ ਆ ਜੀ ਤੇ ਮੈਨੂੰ ਹੌਲੀ ਹੌਲੀ ਕੁੜੀਏ ਸ਼ਾਬਾਸ਼ ਭਾਂਦੇ ਹੋ ਕਿੱਟਾ ਇਹਨੇ ਚੱਲ ਇਹਨੂੰ ਹੱਥ ਨੀ ਲਾਉਣੀ ਸਾਰਾ ਮੇਰੀ ਜਿੰਨੀ ਸਰੀਰ ਦੀ ਜਾ ਰਿਹਾ ਛੱਲ ਜੇ ਬਣੀ ਹੋ ਡਰ ਵੀ ਨੀ ਹੁੰਦਾ ਛਲਕਾ ਪੈਂਦੀਆਂ ਛਲਕਾ ਡੋਲ ਪੈਂਦਾ ਡੋਲ ਮਾੜਾ ਜਿਹਾ ਪੈਰ ਕੱਟਦਾ ਏਦਾਂ ਹਾਂ ਵੀਰੇ ਘੁੰਮਣ ਸ਼ਾਹ ਸਿਰ ਫੌਰ ਵਾਲੇ
ਸਾਨੂੰ ਕਈ ਰੋਜ਼ਾਂ ਤੋਂ ਗੋਪਾਲ ਲਈ ਭੇਜਿਆ ਹੈ। ਹਾਂਜੀ, ਉਹ ਗੋਪਾਲ ਦਾ ਕੋਈ ਕੰਮ ਤਾਂ ਬਣਿਆ ਨਹੀਂ, ਚੱਲ ਚੱਲਦੇ ਚੱਲਦੇ ਕਾਫੀ ਦੂਰ ਆ ਗਏ ਹਾਂ, ਚੱਲ ਥੋੜਾ ਚਿਰ ਆਰਾਮ ਕਰ ਲੈਂਦੇ ਹਾਂ ਫਿਰ ਅੱਗੇ ਚੱਲਦੇ ਹਾਂ। ਹਾਂ, ਮੈਨੂੰ ਲੱਗਦਾ ਸਾਨੂੰ ਥੋੜਾ ਦੇਰ ਆਰਾਮ ਕਰ ਲੈਣਾ ਚਾਹੀਦਾ। ਚਲਾ ਵੀ ਉਹ ਫੁੰਮਣ ਸ਼ਾਹ ਉਹ ਇੰਨੇ ਘਰੇ ਜੰਮਣ ਜੰਗਾਂ ਦੇ ਵਿੱਚ ਆ ਕੱਲੀ ਔਰਤ ਇੱਥੇ ਕੀ ਕਰਦੀ ਪਈ ਹੈ? ਹਾਂ ਵੀਰੇ, ਇਹਨੂੰ ਪੁੱਛਣਾ ਚਾਹੀਦਾ ਇਸ ਵੇਲੇ ਜੰਗਲ ਵਿੱਚ ਕੀ ਕਰਦੀ ਹੈ। ਉਹ ਠੀਕ ਹੈ ਬਾਈ, ਮੈਂ ਆਵਾਜ਼ ਲਗਾਉਣਾ। ਭੈਣਾ, ਇਹ ਭੈਣ ਜੀ, ਤੁਸੀਂ ਇਸ ਜੰਗਲ ਦੇ ਵਿੱਚ ਕੀ ਕਰ ਰਹੇ ਹੋ? ਇੱਥੇ ਤਾਂ ਕੋਈ ਚਿੜੀ ਪਰਿੰਦਾ ਵੀ ਸਾਨੂੰ ਨਜ਼ਰ ਨਹੀਂ ਆ ਰਿਹਾ, ਤਾਂ ਤੁਸੀਂ ਇੰਨੀ ਦੂਰ ਇਸ ਜੰਗਲ ਦੇ ਵਿੱਚ ਕੀ ਕਰ ਰਹੇ ਹੋ? ਜੀ, ਮੇਰੇ ਮਾਲਕ ਨੇ ਮੈਨੂੰ ਜੰਗਲ ਵਿੱਚ ਲੱਕੜੀਆਂ ਲਾਣੇ ਕੇ ਲਈ ਭੇਜਿਆ। ਉਹ ਫਮਰ ਸ਼ਾਹ, ਇਹ ਆਵਾਜ਼ ਮੈਨੂੰ ਕੁਝ ਸੁਣੀ ਸੁਣੀ ਜਿਹੀ ਨਜ਼ਰ ਆਉਂਦੀ ਹੈ। ਹਾਂ ਭੈਣ ਜੀ, ਤੁਸੀਂ ਕੌਣ ਹੋ? ਜੀ ਜੀ, ਮੈਂ ਕੋਲਾ ਹਾਂ। ਕੋਲਾ ਭੈਣ? ਜੇ ਤੈਨੂੰ ਤੇਰੇ ਪਤੀ ਨੇ ਘਰੋਂ ਕੱਢਿਆ ਸੀ ਤਾਂ ਤੈਨੂੰ ਸੇਠ ਜੀ ਕੋਲ ਆਉਣਾ ਚਾਹੀਦਾ ਸੀ ਨਾ? ਨਹੀਂ ਭਈਆ, ਪਿਤਾ ਜੀ ਨੇ ਮੈਨੂੰ ਇੱਕ ਸ਼ਿਕਸ਼ਾ ਦਿੱਤੀ ਕਿ ਹਮਾਰੇ ਘਰ ਸੇ ਤੁਹਾਡੀ ਡੋਲੀ ਜਾ ਰਹੀ ਹੈ, ਪਤੀ ਘਰ ਸੇ ਔਰਤ ਕੇ ਅਰਥ ਜਾਂਦੇ। ਮੈਂ ਪਿਤਾ ਜੀ ਕੋ ਆਪਣਾ ਦੁੱਖ ਬਿਤਾ ਕਰ ਆਪਕੋ ਦੁਖੀ ਨਹੀਂ ਕਰਨਾ ਚਾਹੁੰਦੀ। ਕਹਦਾ ਬੇ ਜੇ ਗੱਲ ਹੈ ਤੈ ਤੋ ਤੁਸੀਂ ਹੁਣ ਕਿਤੇ ਨਾ ਜਾਇਓ, ਅਸੀਂ ਸੇਵ ਪਹੌਲ ਨੂੰ ਮੰਨ ਲੂ ਹੁਣੇ ਜਾ ਕੇ ਦੱਸਦੇ ਹਾਂ ਕਿਹਨਾਂ ਦੀ ਬੀ ਜੰਗਲਾਂ ਵਿੱਚ ਰੁਲਦੀ ਪਈ ਹੈ। ਤੁਸੀਂ ਤੋ ਕਿਤੇ ਕਾ ਜਾਇਓ, ਅਸੀਂ ਹੁਣੇ ਬੰਸਾਂਗੇ। ਘਾਟਾ ਪੈ ਗਿਆ ਤਾਂ ਕੋਈ ਬਾਤ ਨਹੀਂ, ਜੇ ਮਾਲ ਨਹੀਂ ਵਿਕਿਆ ਤਾਂ ਵੀ ਕੋਈ ਗੱਲ ਨਹੀਂ। ਸਿਰ ਜੀ ਸਾਡੇ ਮੂੰਹ ਕੀ ਉੱਡੇ ਹੋਏ ਨੇ, ਸੁਣੀਏ ਮਾਰੀ ਬਾਤ। ਅਸੀਂ ਹੱਥ ਜੋੜ ਕੇ ਹਾਂ ਕਰਦੇ ਰਾਮ ਸੇਠ ਜੀ, ਤੇਰੀ ਹੀ ਕਲਾ ਨੇ ਦਿੱਤਾ, ਤੇਰੀ ਹੀ ਕਲਾ ਨੇ ਦਿੱਤਾ। ਮੇਰੀ ਬੇਟੀ ਕੋਲਾ ਆਪਕੋ ਮਿਲੀ ਥੀ, ਕਿਆ ਕਹਿਤੀ ਥੀ? ਹਾਂ, ਪੁੱਛਤੀ ਹੋਗੀ ਹਮਾਰੇ ਪਿਤਾ ਜੀ ਕੈਸੇ ਹੈ, ਉਨਕਾ ਕਾਰੋਬਾਰ ਕੈਸਾ ਹੈ, ਯਹੀ ਪੁੱਛਤੀ ਥੀ ਨਾ? ਹਾਂ ਸਰ ਸਾਹਿਬ, ਯਹੀ ਪੁੱਛ ਰਹੀ ਥੀ। ਹੋ ਦੇ ਤਕਸੀਰ ਵਿੱਚ ਦੇ ਕਰੀ ਕਰ ਤੋ ਹੋ ਵਾਰ ਸੇਠ ਜੀ, ਹੋ ਦੇ ਨਹੀਂ ਕੋਲਾ ਅਜਬੂਦੀ। ਜੇ ਤੁਸੀਂ ਕਿਆ ਕਹਿ ਰਹੇ ਹੋ ਸੁਣੀ ਹਮਾਰੀ ਬਾਤ। ਮੇਰਾ ਫੱਟੀ ਗਲੇ ਜਾ ਜਾਂਦਾ ਸੁਣ ਕੇ ਤੇਰਾ ਵਿਆਹ ਹੋਏ, ਸਿੱਖਣਾ ਗੱਲ ਕਹੋ ਵਕਤ ਮੈਂ ਆਪਣੀ ਬੇਟੀ ਨੂੰ ਮਿਲਣੇ ਕੇ ਲਈ ਜਾ ਰਿਹਾ ਹਾਂ, ਜਾਓ ਮੇਰੀ ਥੋੜੀ ਤਿਆਰ ਕਰ ਸਾਰੀ ਥੋੜੀ।
बोल जावांगा रोटी कर लती अपनी रोटी कर लती अपनी पंछी के बाल रोटी कर लती अपनी ਅਸੀਂ ਵੀ ਤੁਹਾਡੇ ਨਾਲ ਚੱਲਦੇ ਹਾਂ ਮੇਰੇ ਕਾਰੋਬਾਰ ਦਾ ਖਿਆਲ ਰੱਖਣਾ ਅਭੀ ਇਸੀ ਵਕਤ ਸਿਆਲਕੋਟ ਦੇ ਜੰਗਲਾਂ ਦੇ ਵਿੱਚ ਮੈਂ ਆਪਣੀ ਬੇਟੀ ਨੂੰ ਮਿਲਣ ਵਾਸਤੇ ਜਾ ਰਿਹਾ ਠੀਕ ਹੈ ਸਿਰ ਜੀ ਅਸੀਂ ਤੁਹਾਡੀ ਗੋਲੀ ਬਣੇ ਤਿਆਰ ਕਰੋ ਹਾਂ ਛੇਤੀ ਕਰੋ जब मेरे बारे में सुनेंगे तो जरूर दौड़े।